ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਅਤੇ ਦੋਸਤ ਜੌਲ। ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਰਿਮੀ ਰੰਧਾਵਾ ਅਤੇ ਐਲੀਮਟ ਦਾ ਮੁੱਦਾ ਕਾਫ਼ੀ ਜ਼ਿਆਦਾ ਗਰਮ ਹੋਇਆ ਸੀ ਅਤੇ ਇਸ ਗਰਮ ਮੁੱਦੇ 'ਤੇ ਚੱਲਦਿਆਂ ਮੋਹਾਲੀ ਪੁਲਿਸ ਨੇ ਐਲੀਮਟ ਨੂੰ ਗ੍ਰਿਫਤਾਰ ਵੀ ਕੀਤਾ ਸੀ। ਇਹਨਾਂ ਦੋਨਾਂ ਸਿੰਗਰਾਂ ਦਾ ਮੁੱਦਾ ਇੰਨਾ ਕੁ ਜ਼ਿਆਦਾ ਗਰਮ ਹੋ ਗਿਆ ਸੀ ਕੋਰਟ ਕਚਹਿਰੀਆਂ ਤੱਕ ਵੀ ਪਹੁੰਚ ਗਿਆ, ਜਿੱਥੇ ਕਿ ਇਸ ਗਰਮ ਮੁੱਦੇ 'ਤੇ ਚੱਲਦਿਆਂ ਐਲੀਮਟ ਨੂੰ 14 ਦਿਨਾਂ ਦੇ ਰੋਪੜ ਜੇਲ੍ਹ ਵਿੱਚ ਭੇਜ ਦਿੱਤਾ ਸੀ ਅਤੇ ਉਸ ਵੇਲੇ ਸਭ ਤੋਂ ਵੱਡੀ ਅਤੇ ਖੁਸ਼ੀ ਵਾਲੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਕਿ ਐਲੀਮਟ ਨੂੰ ਜ਼ਮਾਨਤ ਮਿਲ ਗਈ ਆ। ਅਤੇ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਐਲੀਮਟ ਦਾ ਇਹ ਗਰਮ ਹੋਇਆ ਮੁੱਦਾ ਕਿਵੇਂ ਹੁੰਦਾ ਹੈ ਠੰਡਾ। ਅਤੇ ਹੁਣ ਤੱਕ ਲਈ ਇੰਨਾ ਹੀ, ਜਦ ਤੱਕ ਤੁਸੀਂ ਦੇਖਦੇ ਰਹੋ ਵਿਰਸਾ ਟੀਵੀ।